ਭਾਜੀ ਮੈਂ ਤੁਹਾਨੂੰ ਸਾਫ਼ ਗੱਲ ਦੱਸਦਾ, ਇੱਥੇ ਕੈਨੇਡਾ 'ਚ ਹਰ ਚੀਜ਼ ਫਰੋਜ਼ਨ ਯੂਜ਼ ਹੁੰਦੀ ਹੈ, ਕੈਨਸ 'ਚ ਆਉਂਦੀ ਹੈ, ਭਾਵੇਂ ਮਟਰ ਹੋਣ, ਭਾਵੇਂ ਕੌਰਨਸ ਹੋਣ, ਭਾਵੇਂ ਸਾਗ ਆਵੇ, ਤੁਸੀਂ ਕਿਉਂ ਦਿਖਾ ਰਹੇ ਹੋ ਡੱਬਾ? ਮੈਂ ਜੋ ਲੋਕ ਇੱਥੇ ਡੱਬੇ ਵਾਲੇ ਸਮਾਨ ਖਰਚੇ ਜਾਂਦੇ ਨਾ, ਔਰ ਇੰਨੇ ਇੰਨੇ ਲੋਕਾਂ ਨੂੰ ਚਾਰਜ ਕਰੀ ਜਾਂਦੇ, ਹਾਂ ਆਹ ਚੀਜ਼ ਆ ਕੇ ਚੈੱਕ ਕਰੋ। ਰੀਲਾਂ ਪਾ ਰਹੇ ਹੋ ਅੱਜ ਕੱਲ੍ਹ ਤੇ ਮੈਂ ਦੇਖ ਰਿਹਾ ਕਿ ਕੋਈ ਝੂਠ ਵਾਲੀ ਗੱਲ ਨਹੀਂ, ਕੋਈ ਕੈਨ ਨਹੀਂ, ਸਪਲਾਇਰ ਦੇ ਕੇ ਗਿਆ ਸਾਗ ਦਾ ਪੂਰਾ ਬਾਕਸ ਹਲੇ ਵੀ ਪਿੱਛੇ ਪਿਆ, ਹਾਂ ਬਿਲਕੁਲ, ਤੇ ਸਾਗ ਬਣਾਇਆ ਡ੍ਰੌਪ ਕਰਕੇ ਦਿਖਾਓ, ਬਹੁਤ ਹੀ ਵਧੀਆ। ਸੋ ਇਹ ਟਿਫਿਨ ਦੇ ਵਿੱਚ ਜਾਂਦੀ ਜਿਹੜੀ ਪੈਕ ਕਰਾਉਂਦੇ ਲੋਕ, ਇਹ ਕੀ ਹੈ? ਕੱਲ ਕਿਉਂ ਹੋਇਆ ਸ਼ਾਮ ਨੂੰ, ਸ਼ਨੀਵਾਰ ਨੂੰ ਇਦਾਂ ਦਾ ਕੀ ਸੀਗਾ? ਜਾਣਾ ਹੁੰਦਾ, ਲੋਡ ਤੇ ਲੈ ਕੇ ਜਾਣਾ ਹੁੰਦਾ, ਓਕੇ ਓਕੇ, ਠੀਕ ਹੈ। ਰੀਲਾਂ ਪਾ ਰਹੇ ਹੋ ਅੱਜ ਕੱਲ ਤੇ ਮੈਂ ਦੇਖ ਰਿਹਾ ਕਿ ਕੋਈ ਝੂਠ ਵਾਲੀ ਗੱਲ ਨੀ, ਕੋਈ ਕੈਨ ਨੀ, ਸਪਲਾਇਰ ਦੇ ਕੇ ਗਿਆ ਸਾਗ ਦਾ ਪੂਰਾ ਬਾਕਸ, ਹਲੇ ਵੀ ਪਿੱਛੇ ਪਿਆ, ਹਾਂ ਬਿਲਕੁਲ, ਤੇ ਸਾਗ ਬਣਾਇਆ ਨਾਲ ਮੱਕੀ ਦੀ ਰੋਟੀ ਵੀ ਲੈ ਸਕਦੇ। ਕੀ ਡੀਲ ਪਏਗੀ, ਕੀ ਚੱਲ ਰਹੀ ਹੈ? ਇਹ ਲਾਰਜ ਸਾਡਾ $15 $15 ਦਾ, ਨਾਲ $2 ਦੀ ਮੱਕੀ ਦੀ ਰੋਟੀ, ਓਕੇ, ਲਾਰਜ $15, ਮੀਡੀਅਮ ਲੈਣਾ $10, ਬਹੁਤ ਹੀ ਵਧੀਆ, ਇਹ ਸਾਰੀ ਸਭ ਤੋਂ ਜ਼ਿਆਦਾ ਫੇਮਸ ਹੈ। ਹਾਂ ਇਹ ਮੈਂ ਦੇਖ ਰਿਹਾ ਬਾਰ ਬਾਰ ਫਿਲ ਹੋ ਕੇ ਆ ਰਹੀ ਹੈ, ਕਿ ਦਾਲ ਕਾਜੂ ਅਤੇ ਇਲਾਚੀ ਦਾ ਪੇਸਟ ਬਣਾ ਕੇ ਪਾ ਕੇ ਨਾ ਇਹਨੂੰ ਬੇਸ 'ਚ ਹੁਣ ਉੱਥੇ ਤਿਆਰ ਕਰਨਾ, ਬਹੁਤ ਹੀ ਵਧੀਆ, ਦਾਲ ਵਿੱਚ ਰਾਜਮਾਂਹ ਹੁੰਦੇ ਨੇ, ਮਸਾਲੇ ਘੱਟ ਹੁੰਦੇ ਨੇ, ਮਸਾਲੇ ਘੱਟ ਹੁੰਦੇ, ਠੀਕ ਹੈ, ਮਿਕਸ ਹੋ ਜਾਵੇਗੀ, ਸਬਜ਼ੀਆਂ ਜੋ ਮੁੱਕ ਜਾਂਦੀਆਂ ਨੇ, ਫਿਰ ਜੋ ਬਚਿਆ ਰਹਿੰਦਾ ਉਹੀ? ਨਹੀਂ ਸਾਰਾ ਕੁਝ ਮੁੱਕ ਜਾਂਦਾ, ਫਿਰ ਬੰਦ ਕਰਦੇ ਨੇ, $2